ਉਹ ਸਾਹਮਣੇ ਵਿੱਚ ਗਲੀ ਦੇ ਹੋ ਗਏ ਟਾਕਰੇ, ਖੜ ਗਏ ਬਾਹੋਂ ਫੜ ਕੇ, ਪਾਜਾ ਵੇ ਮਿੱਤਰਾ ਟਕੂਏ ਤੇ ਟਕੂਆ ਖੜਕੇ। ਜਿਹੜਾ ਪਲੇਅਰਾਂ ਦੇ ਵਾਸਤੇ ਬੜਾ ਜ਼ੋਰ ਲਗਾਉਂਦਾ ਯੂਰਪ ਦੀ ਧਰਤੀ ਤੇ, ਜਿਹੜਾ ਸਿਫਾਰਿਸ਼ ਪਾ ਕੇ ਵੀਜੇ ਲਵਾ ਦਿੰਦਾ ਪਲੇਅਰਾਂ ਦੇ, ਪਲੇਅਰਾਂ ਦੀ ਬਾਹ ਫੜਦਾ, ਸਰਦਾਰ ਬਲਵਿੰਦਰ ਸਿੰਘ ਦਾ ਪੁੱਤ ਢੋਲਾ ਅੰਬਰਸਰੀਆ ਯੱਗੇ ਹਾਲੈਂਡ ਵਾਲ ਨਾਲ ਪਿਆਰ ਆ। ਲਓ ਸਾਹਮਣੇ ਪਈ ਰੇਡ ਤੇ ਬੋਲ ਸ਼ਮਸ਼ੇਰ ਦੇ, ਉਹ ਸਾਹਮਣੇ ਪੈਂਦੀ ਆ ਰੇਡਾਂ ਕਹਿੰਦੇ। ਇਹ ਆ ਗੱਭਰੂ ਨੌਜਵਾਨ ਗੱਗੋ ਬੂਹੇ ਦੀ ਧਰਤੀ ਦਾ ਲਾਭ, 1 ਲੱਖਾਂ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ, ਕੁਝ ਸਮਰੇ ਹੋਰੀ ਮਾਣ ਕਰਦੇ ਆ। ਅੱਜ ਪੂਰੀ ਮੈਂ ਯੂਰਪ ਫੈਡਰੇਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ। ਇਹ ਹੁਸੈਨ ਗੁੱਜਰ ਦੇ ਲਈ 500 ਰੁਪਈਏ ਦੇ ਪਿਆਰ, ਸੋਨੇ ਭਲਵਲੀਏ ਦੇ ਪਿਤਾ ਜੀ ਸਰਦਾਰ ਹਰਪਾਲ ਸਿੰਘ ਜੀ ਫੌਜੀ ਸਾਹਿਬ ਉਹਨਾਂ ਵੱਲੋਂ ਮਾਣ ਹੈ ਇਹ ਹੁਸੈਨ ਗੁੱਜਰ ਦਾ। ਆਹ ਸਾਹਮਣੇ ਕਹਿੰਦੇ ਨੌਜਵਾਨ ਟ੍ਰਿਪਲਿਆਂ ਵਾਲਾ ਮਨ ਹੈ ਪਰ ਪੁਆਇੰਟ ਰੇਡਰ ਦੇ ਖਾਤੇ, ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ। ਉੱਧਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ, ਉਹਦੇ ਉੱਪਰ ਸਾਡੀਆਂ ਭੈਣਾਂ ਨੂੰ ਬੈਠ ਲੈਣ ਦਿੱਤਾ ਜਾਵੇ, ਭੈਣਾਂ ਥੱਲੇ ਖੜੀਆਂ ਹੈ ਤੇ ਵੀਰ ਮੇਰੇ ਤੁਸੀਂ ਉੱਪਰ ਟਰਾਲੀਆਂ ਤੇ ਚੜ੍ਹ ਕੇ ਬੈਠੇ ਹੋ, ਸੋਹਣੇ ਨਹੀਂ ਲੱਗੀਦਾ, ਸਾਡੀ ਬੇਨਤੀ ਪ੍ਰਵਾਨ ਕਰਿਓ ਦੂਜੀਆਂ ਟਰਾਲੀਆਂ ਤੇ ਆ ਜਾਓ, ਤੁਹਾਡਾ ਧੰਨਵਾਦ ਹੈ। ਆਹ ਕਬੱਡੀ ਕਹਿੰਦੇ ਪਾਉਣ ਦੇ ਲਈ ਨੌਜਵਾਨ ਲਾਭ ਵਧਿਆ ਹੋਇਆ, ਨੌਜਵਾਨ ਕੇਸਾ ਤਾਰੀਖ ਪਰ ਨੌਜਵਾਨ ਰੇਡ ਪਾਉਣ ਦੇ ਲਈ ਵਧਿਆ ਹੈ, ਸਾਵਲੇ ਜੇ ਰੰਗ ਦਾ ਮਾਲਕ ਹੈ। ਆਹ ਦੂਜੇ ਪਾਸੇ ਕਹਿੰਦੇ ਹੁਸੈਨ ਗੁੱਜਰ ਭੱਗ ਵਾਲੀ ਅਮੋਲਕ ਆਇਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਆਹ ਕਹਿੰਦੇ ਨੌਜਵਾਨ ਹੁਸੈਨ ਗੁੱਜਰ ਫਤਿਹਗੜ੍ਹ ਚੂੜੀਆਂ ਵਾਲਾ ਕਰਦਾ ਕੋਸ਼ਿਸ਼, ਪਰ ਕਹਿੰਦੇ ਲਵ 1 ਲੱਖਾਂ ਜਿਹਾ ਪੁਆਇੰਟ ਜਿਹੜਾ ਆਪਣੀ ਟੀਮ ਸੁਰ ਸਿੰਘ ਦੇ ਖਾਤੇ ਵਿੱਚ ਜੁੜ ਗਿਆ। ਅਨੋਖੀ ਕੋਚ ਸ਼ਿਕਾਰ ਵਾਸੀਆਂ ਵਾਲਾ ਆਇਆ, ਮਹਾਨ ਕਬੱਡੀ ਖਿਡਾਰੀ ਕਮਲਜੀਤ ਨਿਜ਼ਾਮਪੁਰੀਆ, ਉਹ ਇੰਗਲੈਂਡ ਤੋਂ ਅੱਜ ਭਾਲੋਵਾਲੀ ਦਾ ਖੇਡ ਮੇਲਾ ਤੱਕ ਰਿਹਾ, ਉਸ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆਹ ਕਬੱਡੀ ਪਾ ਗੱਗੋ ਬੂਹੇ ਵਾਲੇ ਦੀ, 4 ਜਾਫੀ ਤਿਆਰ ਹੈ, ਹੁਸੈਨ ਗੁੱਜਰ ਹੈ ਨਾਲ, ਕਹਿੰਦੇ ਗੱਭਰੂ ਨੌਜਵਾਨ ਇਹ ਆ ਡਿੱਕੀ ਚਤੌੜ ਗੜੀਆ, ਤੇ ਨਾਲ ਕਹਿੰਦੇ ਟ੍ਰਿਪਲਿਆਂ ਵਾਲਾ ਮਨ ਤੇ ਭੱਗ ਵਾਲੀ ਅਮੋਲਕ। ਉਹ ਸਾਹਮਣੇ ਵਿੱਚ ਗਲੀ ਦੇ ਹੋ ਗਏ ਟਾਕਰੇ, ਖੜ ਗਏ ਬਾਹੋਂ ਫੜ ਕੇ, ਪਾਜਾ ਵੇ ਮਿੱਤਰਾ ਟਕੂਏ ਤੇ ਟਕੂਆ ਖੜਕੇ, ਪਾਜਾ ਵੇ ਮਿੱਤਰਾ। ਪੁਆਇੰਟ ਆਪਣੀ ਟੀਮ ਸੁਰ ਸਿੰਘ ਦੇ ਲਈ ਜੋੜ ਦਿੱਤਾ ਹੈ, ਤੇ ਲੱਖਣ ਦਾ ਉਸਤਾਦ ਕਹਿੰਦੇ ਰਾਜ ਵੱਡਾ ਮਾਣ ਹੈ, ਤੇ ਲੱਖਣ ਦਾ ਚੇਲਾ ਕਹਿੰਦੇ ਮੈਸਮ ਭੁਰੀਆ ਪੰਮਾ ਤੇ ਸੰਦੀਪ ਦਾਤਰ ਸੋਹਣੀ ਖੇਡ ਵਿਖਾ ਰਿਹਾ ਹੈ। ਉੱਧਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਥੋੜੇ ਸਮੇਂ ਤੱਕ ਇਸ ਸਟੇਜ ਦੇ ਉੱਪਰ ਆ ਜਾਣਗੇ, ਨਾਲ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ MLA ਹਲਕਾ ਬਟਾਲਾ, ਤੇ ਨਾਲ ਸਾਡੇ ਅੰਸਬ ਦੇ ਚੇਅਰਮੈਨ ਬਲਵੀਰ ਸਿੰਘ ਜੀ ਪੰਨੂ ਸਾਹਿਬ ਉੜਗੇ, ਉਹ ਸਤਿਕਾਰਯੋਗ ਸ਼ਖਸੀਅਤਾਂ ਪੁੱਜਣ ਜਾ ਰਹੀਆਂ। ਮੈਚ ਚੋਟੀ ਦਾ ਘਰਿਆਲਾ ਸਾਹਿਬ ਜੀ ਪੁਆਇੰਟ ਰੇਡਰ ਦੇ ਖਾਤੇ, ਸੰਦੀਪ ਦੀ ਕੌਡੀ ਦੇ ਬੋਲ ਹਰਜੀਤ ਦੇ। ਆਹ ਨੌਜਵਾਨ ਗੱਗੋ ਬੂਹੇ ਦੀ ਧਰਤੀ ਦਾ, ਸ਼ਹੀਦ ਬਾਬਾ ਵੀਰ ਸਿੰਘ ਦੀ ਧਰਤੀ ਹੈ ਗੱਗੋ ਬੂਹਾ। ਪੂਰੇ ਪੰਜਾਬ ਦੇ ਵਿੱਚ 365 ਸਥਾਨ ਨੇ ਬਾਬਾ ਵੀਰ ਸਿੰਘ ਦੇ, ਉਸ ਧਰਤੀ ਦਾ ਨੌਜਵਾਨ ਲਵ ਕਬੱਡੀ ਪਾਉਣ ਲਈ ਵਧਿਆ ਹੋਇਆ। ਸਾਹਮਣੇ ਅਮੋਲਕ ਹੈ ਭਾਗੋਵਾਲ ਦੀ ਧਰਤੀ ਦਾ, ਦੂਜੀ ਕਨੀ ਦੇ ਹੁਸੈਨ ਗੁੱਜਰ ਵਰਗੇ ਟ੍ਰਿਪਲਿਆਂ ਦੇ ਮਨ ਵਰਗੇ ਆ ਨੌਜਵਾਨ ਗੁੱਜਰਾਂ ਦੇ ਲਾਣੇ ਵਿੱਚੋਂ ਹੁਸੈਨ ਟਰਾਈ ਕਰਦਾ, ਪਰ ਲਵ ਗੱਗੋ ਬੂਹੇ ਵਾਲਾ ਨੰਬਰ ਜੋੜ ਗਿਆ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ। ਡੋਲਿਆਂ ਦੇ ਪੱਟਾਂ ਵਿੱਚ ਜਾਨ ਖੇਡ ਦੇ ਮੈਦਾਨ ਦੇ ਵਿੱਚ, ਉਹ ਸਾਹਮਣੇ ਲੱਗਦਾ ਜ਼ੋਰ, ਉਹ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ, ਇਹਦੇ ਵਿੱਚ ਹੁੰਦੇ ਯਾਰ ਸਾਨਾ ਵਾਲੇ ਪੇੜ, ਸਵਾ ਸਵਾ ਲੱਖ ਦਾ ਲੱਗੇ ਜੱਫਾ, ਲੱਖ ਲੱਖ ਦੀ ਰੇਡ, ਕਿ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ। ਉਹ ਸਾਹਮਣੇ ਕਹਿੰਦੇ ਲਵ, ਤੇ ਦੂਜੇ ਪਾਸੇ ਟ੍ਰਿਪਲਿਆਂ ਵਾਲਾ ਮਨ ਕਰਦਾ ਕੋਸ਼ਿਸ਼, ਪਰ ਪੁਆਇੰਟ ਰੇਡਰ ਦਾ, ਪੁਆਇੰਟ ਸੁਰ ਸਿੰਘ ਦਾ, ਜਿਹੜਾ ਪਲੇਅਰਾਂ ਦੇ ਵਾਸਤੇ ਬੜਾ ਜ਼ੋਰ
ਲਗਾਉਂਦਾ ਯੂਰਪ ਦੀ ਧਰਤੀ ਤੇ, ਜਿਹੜਾ ਛਪਾਰ ਛਪਾ ਕੇ ਬੀਜੇ ਲਵਾ ਦਿੰਦਾ ਪਲੇਅਰਾਂ ਦੇ, ਪਲੇਅਰਾਂ ਦੀ ਬਾਹ ਫੜਦਾ ਸਰਦਾਰ ਬਲਵਿੰਦਰ ਸਿੰਘ ਦਾ ਪੁੱਤ ਢੋਲਾ ਅੰਬਰਸਰੀਆ ਯੱਗੇ ਹੋਲਣ ਵਾਲ ਨਾਲ ਪਿਆਰ ਆ। ਆਓ ਸਾਹਮਣੇ ਪਈ ਰੇਡ ਤੇ ਬੋਲ ਸ਼ਮਸ਼ੇਰ ਦੇ, ਆਓ ਸਾਹਮਣੇ ਪੈਂਦੀ ਆ ਰੇਡਾ ਕਹਿੰਦੇ ਇਹ ਆ ਗੱਭਰੂ ਨੌਜਵਾਨ ਗੱਗੋ ਬੂਹੇ ਦੀ ਧਰਤੀ ਦਾ ਲਾਭ। ਇੱਕ ਲੱਖਾਂ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ, ਕੁਝ ਸਮਰੇ ਹੋਰੀ ਮਾਣ ਕਰਦੇ ਆ। ਅੱਜ ਪੂਰੀ ਮੈਂ ਯੂਰਪ ਫੈਡਰੇਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ। ਇਹ ਹੁਸੈਨ ਗੁੱਜਰ ਦੇ ਲਈ 500 ਰੁਪਈਏ ਦੇ ਪਿਆਰ, ਸੋਨੇ ਭਲਵਾਲੀਏ ਦੇ ਪਿਤਾ ਜੀ ਸਰਦਾਰ ਹਰਪਾਲ ਸਿੰਘ ਜੀ ਫੌਜੀ ਸਾਹਿਬ ਉਹਨਾਂ ਵੱਲੋਂ ਮਾਣ ਹੈ ਇਹ ਹੁਸੈਨ ਗੁੱਜਰ ਦਾ। ਆਹ ਸਾਹਮਣੇ ਕਹਿੰਦੇ ਨੌਜਵਾਨ ਟ੍ਰਿਪਲਿਆਂ ਵਾਲਾ ਮਨ ਹੈ ਪਰ ਪੁਆਇੰਟ ਰੇਡਰ ਦੇ ਖਾਤੇ, ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ। ਉੱਧਰ ਸਰਦਾਰ ਕੁਲਤਾਰ ਸਿੰਘ ਜੀ ਸੰਤਮਾ ਸਾਹਿਬ, ਉਹਦੇ ਉੱਪਰ ਸਾਡੀਆਂ ਭੈਣਾਂ ਨੂੰ ਬੈਠ ਲੈਣ ਦਿੱਤਾ ਜਾਵੇ, ਭੈਣਾਂ ਥੱਲੇ ਖੜੀਆਂ ਹੈ ਤੇ ਵੀਰ ਮੇਰੇ ਤੁਸੀਂ ਉੱਪਰ ਟਰਾਲੀਆਂ ਤੇ ਚੜ ਕੇ ਬੈਠੇ ਹੋ, ਸੋਹਣੇ ਨਹੀਂ ਲੱਗੀਦਾ, ਸਾਡੀ ਬੇਨਤੀ ਪ੍ਰਵਾਨ ਕਰਿਓ ਦੂਜੀਆਂ ਟਰਾਲੀਆਂ ਤੇ ਆ ਜਾਓ, ਤੁਹਾਡਾ ਧੰਨਵਾਦ ਹੈ। ਐ ਕਬੱਡੀ ਕਹਿੰਦੇ ਪਾਉਣ ਦੇ ਲਈ ਨੌਜਵਾਨ ਲਾਭ ਵਧਿਆ ਹੋਇਆ, ਨੌਜਵਾਨ ਕੇਸਾ ਧਾਰੀ ਗੱਭਰੂ ਨੌਜਵਾਨ ਰੇਡ ਪਾਉਣ ਦੇ ਲਈ ਵਧਿਆ ਹੈ, ਸਾਵਲੇ ਜੇ ਰੰਗ ਦਾ ਮਾਲਕ ਹੈ। ਆਹ ਦੂਜੇ ਪਾਸੇ ਕਹਿੰਦੇ ਹੁਸੈਨ ਗੁੱਜਰ ਭੱਗ ਵਾਲੀ ਅਮੋਲਕ ਆਇਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਆ ਕਹਿੰਦੇ ਨੌਜਵਾਨ ਹੁਸੈਨ ਗੁੱਜਰ ਫਤਿਹਗੜ੍ਹ ਚੂੜੀਆਂ ਵਾਲਾ ਕਰਦਾ ਕੋਸ਼ਿਸ਼, ਪਰ ਕਹਿੰਦੇ ਲਵ ਇੱਕ ਲੱਖਾਂ ਜਿਹਾ ਪੁਆਇੰਟ ਜਿਹੜਾ ਆਪਣੀ ਟੀਮ ਆ ਸੁਰ ਸਿੰਘ ਦੇ ਖਾਤੇ ਵਿੱਚ ਜੁੜ ਗਿਆ। ਅਨੋਖੀ ਕੋਚ ਸ਼ਿਕਾਰ ਵਾਸੀਆਂ ਵਾਲਾ ਆਇਆ, ਮਹਾਨ ਕਬੱਡੀ ਖਿਡਾਰੀ ਕਮਲਜੀਤ ਨਿਜ਼ਾਮਪੁਰੀਆ ਉਹ ਇੰਗਲੈਂਡ ਤੋਂ ਅੱਜ ਭਾਲੋਵਾਲੀ ਦਾ ਖੇਡ ਮੇਲਾ ਤੱਕ ਰਿਹਾ, ਉਸ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆਹ ਕਬੱਡੀ ਪਾ ਗੱਗੋ ਬੂਹੇ ਵਾਲੇ ਦੀ ਚਾਰ ਜਾਫੀ ਤਿਆਰ ਹੈ, ਹੁਸੈਨ ਗੁੱਜਰ ਹੈ ਨਾਲ ਕਹਿੰਦੇ ਗੱਭਰੂ ਨੌਜਵਾਨ ਇਹ ਆ ਵਿੱਕੀ ਚਿਤੌੜਗੜੀ ਹੈ ਤੇ ਨਾਲ ਕਹਿੰਦੇ ਟ੍ਰਿਪਲਿਆਂ ਵਾਲਾ ਮਨ ਤੇ ਭੱਗ ਵਾਲੀ ਅਮੋਲਕ। ਉਹ ਸਾਹਮਣੇ ਵਿੱਚ ਗਲੀ ਦੇ ਹੋ ਗਏ ਟਾਕਰੇ, ਖੜ ਗਏ ਬਾਹੋਂ ਫੜ ਕੇ ਭਾਜਾ ਵੇ ਮਿੱਤਰਾ ਟੱਕੂਏ ਤੇ ਟੱਕੂਆ ਖੜ ਕੇ ਭਾਜਾ ਵੇ ਮਿੱਤਰਾ। ਪੁਆਇੰਟ ਆਪਣੀ ਟੀਮ ਸੁਰ ਸਿੰਘ ਦੇ ਲਈ ਜੋੜ ਦਿੱਤਾ ਹੈ ਤੇ ਲੱਖਣ ਦਾ ਉਸਤਾਦ ਕਹਿੰਦੇ ਰਾਜ ਵੱਡਾ ਮਾਣ ਹੈ ਤੇ ਲੱਖਣ ਦਾ ਚੇਲਾ ਕਹਿੰਦੇ ਮੈਸਮ ਭੁਰੀਆ ਪੰਮਾ ਤੇ ਸੰਦੀਪ ਦਾਤਰ ਸੋਹਣੀ ਖੇਡ ਵਿਖਾਲ ਰਿਹਾ ਹੈ। ਉੱਧਰ ਕੁਲਤਾਰ ਸਿੰਘ ਜੀ ਸੰਧਵਾਂ ਸਾਹਿਬ ਥੋੜੇ ਸਮੇਂ ਤੱਕ ਇਸ ਸਟੇਜ ਦੇ ਉੱਪਰ ਆ ਜਾਣਗੇ, ਨਾਲ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ MLA ਹਲਕਾ ਬਟਾਲਾ ਤੇ ਨਾਲ ਸਾਡੇ ਅੰਸਬ ਦੇ ਚੇਅਰਮੈਨ ਬਲਵੀਰ ਸਿੰਘ ਜੀ ਪੰਨੂ ਸਾਹਿਬ ਉੜਗੇ, ਉਹ ਸਤਿਕਾਰਯੋਗ ਸ਼ਖਸੀਅਤਾਂ ਪੁੱਜਣ ਜਾ ਰਹੀਆਂ ਮੈਚ ਚੋਟੀ ਦਾ। ਘਰਿਆਲਾ ਸਾਹਿਬ ਜੀ ਪੁਆਇੰਟ ਰੇਡਰ ਦੇ ਖਾਤੇ, ਸੰਦੀਪ ਦੀ ਕੌਡੀ ਦੇ ਬੋਲ ਹਰਜੀਤ ਦੇ। ਆਹ ਨੌਜਵਾਨ ਗੱਗੋ ਬੂਹੇ ਦੀ ਧਰਤੀ ਦਾ ਸ਼ਹੀਦ ਬਾਬਾ ਵੀਰ ਸਿੰਘ ਦੀ ਧਰਤੀ ਹੈ ਗੱਗੋ ਬੂਹਾ। ਪੂਰੇ ਪੰਜਾਬ ਦੇ ਵਿੱਚ 365 ਸਥਾਨ ਨੇ ਬਾਬਾ ਵੀਰ ਸਿੰਘ ਦੇ, ਉਸ ਧਰਤੀ ਦਾ ਨੌਜਵਾਨ ਲਵ ਕਬੱਡੀ ਪਾਉਣ ਲਈ ਵਧਿਆ ਹੋਇਆ। ਸਾਹਮਣੇ ਅਮੋਲਕ ਹੈ ਭਾਗੋਵਾਲ ਦੀ ਧਰਤੀ ਦਾ, ਦੂਜੀ ਕਲੀ ਦੇ ਹੁਸੈਨ ਗੁੱਜਰ ਵਰਗੇ ਟ੍ਰਿਪਲਿਆਂ ਦੇ ਮਨ ਵਰਗੇ ਆਹ ਨੌਜਵਾਨ ਗੁੱਜਰਾਂ ਦੇ ਲਾਣੇ ਵਿੱਚੋਂ ਹੁਸੈਨ ਟਰਾਈ ਕਰਦਾ, ਪਰ ਲਵ ਗੱਗੋ ਬੂਹੇ ਵਾਲਾ ਨੰਬਰ ਜੋੜ ਗਿਆ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਹੈ। ਡੋਲਿਆਂ ਦੇ ਪੱਟਾਂ ਵਿੱਚ ਜਾਨ ਖੇਡ ਦੇ ਮੈਦਾਨ ਦੇ ਵਿੱਚ, ਉਹ ਸਾਹਮਣੇ ਲੱਗਦਾ ਜ਼ੋਰ, ਉਹ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ, ਇਹਦੇ ਵਿੱਚ ਹੁੰਦੇ ਯਾਰ ਸਾਨਾ ਵਾਲੇ ਪੇੜ, ਸਵਾ ਸਵਾ ਲੱਖ ਦਾ ਲੱਗੇ ਜੱਫਾ ਲੱਖ ਲੱਖ ਦੀ ਰੇਡ, ਕਿ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ। ਉਹ ਸਾਹਮਣੇ ਕਹਿੰਦੇ ਲਵ ਤੇ ਦੂਜੇ ਪਾਸੇ ਟ੍ਰਿਪਲਿਆਂ ਵਾਲਾ ਮਨ ਕਰਦਾ ਕੋਸ਼ਿਸ਼, ਪਰ ਪੁਆਇੰਟ ਰੇਡਰ ਦਾ ਪੁਆਇੰਟ ਸੁਰ ਸਿੰਘ ਦਾ ਜਿਹੜਾ ਪਲੇਅਰਾਂ ਦੇ ਵਾਸਤੇ ਬੜਾ ਜ਼ੋਰ ਲਗਾਉਂਦਾ ਯੂਰਪ ਦੀ ਧਰਤੀ ਤੇ,
ਜਿਹੜਾ ਸਪਾਰਚ ਪਾ ਕੇ ਬੀਜੇ ਲਵਾ ਦਿੰਦਾ ਪਲੇਅਰਾਂ ਦੇ, ਪਲੇਅਰਾਂ ਦੀ ਬਾਹ ਫੜਦਾ। ਸਰਦਾਰ ਬਲਵਿੰਦਰ ਸਿੰਘ ਦਾ ਪੁੱਤ ਢੋਲਾ ਅੰਬਰਸਰੀਆ ਯੱਗੇ ਹੋਲਣ ਵਾਲ ਨਾਲ ਪਿਆਰ ਆ। ਲਓ ਸਾਹਮਣੇ ਪਈ ਰੇਡ ਤੇ ਬੋਲ ਸ਼ਮਸ਼ੇਰ ਦੇ, ਆਓ ਸਾਹਮਣੇ ਪੈਂਦੀ ਆ ਰੇਡਾ ਕਹਿੰਦੇ ਇਹ ਆ ਗੱਭਰੂ ਨੌਜਵਾਨ ਗੱਗੋ ਬੂਹੇ ਦੀ ਧਰਤੀ ਦਾ ਲਾਭ। 1 ਲੱਖਾਂ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ। ਕੁਝ ਸਮਰੇ ਹੋਰੀ ਮਾਣ ਕਰਦੇ ਆ ਅੱਜ ਪੂਰੀ, ਮੈਂ ਯੂਰਪ ਫੈਡਰੇਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ। ਇਹ ਹੁਸੈਨ ਗੁੱਜਰ ਦੇ ਲਈ 500 ਰੁਪਈਏ ਦੇ ਪਿਆਰ, ਸੋਨੇ ਭਲਵਲੀਏ ਦੇ ਪਿਤਾ ਜੀ ਸਰਦਾਰ ਹਰਪਾਲ ਸਿੰਘ ਜੀ ਫੌਜੀ ਸਾਹਿਬ ਉਹਨਾਂ ਵੱਲੋਂ ਮਾਣ ਹੈ ਇਹ ਹੁਸੈਨ ਗੁੱਜਰ ਦਾ। ਆਹ ਸਾਹਮਣੇ ਕਹਿੰਦੇ ਨੌਜਵਾਨ ਟ੍ਰਿਪਲਿਆਂ ਵਾਲਾ ਮਨ ਹੈ ਪਰ ਪੁਆਇੰਟ ਰੇਡਰ ਦੇ ਖਾਤੇ, ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ। ਉੱਧਰ ਸਰਦਾਰ ਕੁਲਤਾਰ ਸਿੰਘ ਜੀ ਸੰਤਵਾ ਸਾਹਿਬ, ਉਹਦੇ ਉੱਪਰ ਸਾਡੀਆਂ ਭੈਣਾਂ ਨੂੰ ਬੈਠ ਲੈਣ ਦਿੱਤਾ ਜਾਵੇ, ਭੈਣਾਂ ਥੱਲੇ ਖੜੀਆਂ ਹੈ ਤੇ ਵੀਰ ਮੇਰੇ ਤੁਸੀਂ ਉੱਪਰ ਟਰਾਲੀਆਂ ਤੇ ਚੜ ਕੇ ਬੈਠੇ ਹੋ, ਸੋਹਣੇ ਨਹੀਂ ਲੱਗੀਦਾ ਹੈ, ਸਾਡੀ ਬੇਨਤੀ ਪ੍ਰਵਾਨ ਕਰਿਓ ਦੂਜੀਆਂ ਟਰਾਲੀਆਂ ਤੇ ਆ ਜਾਓ, ਤੁਹਾਡਾ ਧੰਨਵਾਦ ਹੈ। ਆਹ ਕਬੱਡੀ ਕਹਿੰਦੇ ਪਾਉਣ ਦੇ ਲਈ ਨੌਜਵਾਨ ਲਾਭ ਵਧਿਆ ਹੋਇਆ, ਨੌਜਵਾਨ ਕੇਸਾ ਧਾਰੀ ਗੱਭਰੂ ਨੌਜਵਾਨ ਰੇਡ ਪਾਉਣ ਦੇ ਲਈ ਵਧਿਆ ਹੈ, ਸਾਵਲੇ ਜੇ ਰੰਗ ਦਾ ਮਾਲਕ ਹੈ। ਆਹ ਦੂਜੇ ਪਾਸੇ ਕਹਿੰਦੇ ਹੁਸੈਨ ਗੁੱਜਰ ਭੱਗ ਵਾਲੀ ਅਮੋਲਕ ਆਇਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਆ ਕਹਿੰਦੇ ਨੌਜਵਾਨ ਹੁਸੈਨ ਗੁੱਜਰ ਫਤਿਹਗੜ੍ਹ ਚੂੜੀਆਂ ਵਾਲਾ ਕਰਦਾ ਕੋਸ਼ਿਸ਼, ਪਰ ਕਹਿੰਦੇ ਲਵ 1 ਲੱਖਾਂ ਜਿਹਾ ਪੁਆਇੰਟ ਜਿਹੜਾ ਆਪਣੀ ਟੀਮ ਸੁਰ ਸਿੰਘ ਦੇ ਖਾਤੇ ਵਿੱਚ ਜੁੜ ਗਿਆ। ਅਨੋਖੀ ਕੋਚ ਸ਼ਿਕਾਰ ਵਾਸੀਆਂ ਵਾਲਾ ਆਇਆ, ਮਹਾਨ ਕਬੱਡੀ ਖਿਡਾਰੀ ਕਵਲਜੀਤ ਨਿਜ਼ਾਮਪੁਰੀ ਆ, ਉਹ ਇੰਗਲੈਂਡ ਤੋਂ ਅੱਜ ਭਾਲੋਵਾਲੀ ਦਾ ਖੇਡ ਮੇਲਾ ਤੱਕ ਰਿਹਾ। ਉਸ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆਹ ਕਬੱਡੀ ਪਾ ਗੱਗੋ ਬੂਹੇ ਵਾਲੇ ਦੀ, 4 ਜਾਫੀ ਤਿਆਰ ਹੈ ਹੁਸੈਨ ਗੁੱਜਰ ਹੈ, ਨਾਲ ਕਹਿੰਦੇ ਗੱਭਰੂ ਨੌਜਵਾਨ ਇਹ ਆ ਵਿੱਕੀ ਚਿਤੌੜ ਗੜੀ ਆ, ਤੇ ਨਾਲ ਕਹਿੰਦੇ ਟ੍ਰਿਪਲਿਆਂ ਵਾਲਾ ਮਨ ਤੇ ਭੱਗ ਵਾਲੀ ਅਮੋਲਕ। ਉਹ ਸਾਹਮਣੇ ਵਿੱਚ ਗਲੀ ਦੇ ਹੋ ਗਏ ਟਾਕਰੇ, ਖੜ ਗਏ ਬਾਹੋਂ ਫੜ ਕੇ, ਭਾਜਾ ਵੇ ਮਿੱਤਰਾ ਟੱਕੂਏ ਤੇ ਟੱਕੂਆ ਖੜ ਕੇ, ਭਾਜਾ ਵੇ ਮਿੱਤਰਾ। ਪੁਆਇੰਟ ਆਪਣੀ ਟੀਮ ਸੁਰ ਸਿੰਘ ਦੇ ਲਈ ਜੋੜ ਦਿੱਤਾ ਹੈ, ਤੇ ਲੱਖਣ ਦਾ ਉਸਤਾਦ ਕਹਿੰਦੇ ਰਾਜ ਵੱਡਾ ਮਾਣ ਹੈ, ਤੇ ਲੱਖਣ ਦਾ ਚੇਲਾ ਕਹਿੰਦੇ ਮੈਸਮ ਭੁਰੀਆ ਪੰਮਾ ਤੇ ਸੰਦੀਪ ਦਾਤਰ ਸੋਹਣੀ ਖੇਡ ਵਿਖਾ ਰਿਹਾ ਹੈ। ਉੱਧਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਥੋੜੇ ਸਮੇਂ ਤੱਕ ਇਸ ਸਟੇਜ ਦੇ ਉੱਪਰ ਆ ਜਾਣਗੇ, ਨਾਲ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਕਲਸੀ MLA ਹਲਕਾ ਬਟਾਲਾ, ਤੇ ਨਾਲ ਸਾਡੇ ਅੰਸਬ ਦੇ ਚੇਅਰਮੈਨ ਬਲਵੀਰ ਸਿੰਘ ਜੀ ਪੰਨੂ ਸਾਹਿਬ ਉੜਗੇ, ਉਹ ਸਤਿਕਾਰਯੋਗ ਸ਼ਖਸੀਅਤਾਂ ਪੁੱਜਣ ਜਾ ਰਹੀਆਂ। ਮੈਚ ਚੋਟੀ ਦਾ ਘਰਿਆਲਾ ਸਾਹਿਬ ਜੀ ਪੁਆਇੰਟ ਰੇਡਰ ਦੇ ਖਾਤੇ, ਸੰਦੀਪ ਦੀ ਕੌਡੀ ਦੇ ਬੋਲ ਹਰਜੀਤ ਦੇ। ਆਹ ਨੌਜਵਾਨ ਗੱਗੋ ਬੂਹੇ ਦੀ ਧਰਤੀ ਦਾ, ਸ਼ਹੀਦ ਬਾਬਾ ਵੀਰ ਸਿੰਘ ਦੀ ਧਰਤੀ ਹੈ ਗੱਗੋ ਬੂਹਾ। ਪੂਰੇ ਪੰਜਾਬ ਦੇ ਵਿੱਚ 365 ਸਥਾਨ ਨੇ ਬਾਬਾ ਵੀਰ ਸਿੰਘ ਦੇ, ਉਸ ਧਰਤੀ ਦਾ ਨੌਜਵਾਨ ਲਵ ਕਬੱਡੀ ਪਾਉਣ ਲਈ ਵਧਿਆ ਹੋਇਆ। ਸਾਹਮਣੇ ਅਮੋਲਕ ਹੈ ਭਾਗੋਵਾਲ ਦੀ ਧਰਤੀ ਦਾ, ਦੂਜੀ ਕਲੀ ਦੇ ਹੁਸੈਨ ਗੁੱਜਰ ਵਰਗੇ ਟ੍ਰਿਪਲਿਆਂ ਦੇ ਮਨ ਵਰਗੇ ਆਹ ਨੌਜਵਾਨ ਗੁੱਜਰਾਂ ਦੇ ਲਾਣੇ ਵਿੱਚੋਂ ਹੁਸੈਨ ਟਰਾਈ ਕਰਦਾ, ਪਰ ਲਵ ਗੱਗੋ ਬੂਹੇ ਵਾਲਾ ਨੰਬਰ ਜੋੜ ਗਿਆ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ। ਡੋਲਿਆਂ ਦੇ ਪੱਟਾਂ ਵਿੱਚ ਜਾਨ ਖੇਡ ਦੇ ਮੈਦਾਨ ਦੇ ਵਿੱਚ, ਉਹ ਸਾਹਮਣੇ ਲੱਗਦਾ ਜ਼ੋਰ, ਉਹ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ, ਇਹਦੇ ਵਿੱਚ ਹੁੰਦੇ ਯਾਰ ਸਾਨਾ ਵਾਲੇ ਪੇੜ, ਸਵਾ ਸਵਾ ਲੱਖ ਦਾ ਲੱਗੇ ਜੱਫਾ, ਲੱਖ ਲੱਖ ਦੀ ਰੇਡ, ਕਿ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ। ਉਹ ਸਾਹਮਣੇ ਕਹਿੰਦੇ ਲਵ, ਤੇ ਦੂਜੇ ਪਾਸੇ ਟ੍ਰਿਪਲਿਆਂ ਵਾਲਾ ਮਨ ਕਰਦਾ ਕੋਸ਼ਿਸ਼, ਪਰ ਪੁਆਇੰਟ ਰੇਡਰ ਦਾ, ਪੁਆਇੰਟ ਸੁਰ ਸਿੰਘ ਦਾ